ਬਾਪੂ ਨਾਲ ਤਾਂ ਕੁਛ ਨਹੀਂ ਲੈ ਕੇ ਗਿਆ ਤੂੰ ਪਰ ਕਬੀਲਦਾਰੀਆਂ ਸਾਰੀਆਂ ਮੈਨੂੰ ਦੇ ਗਿਆ ਜਿੰਨ ਮੋਟੇ ਆਚਾਰ ਦੇ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਇੰਸਟਾਗ੍ਰam ਦੀ ਮਸ਼ਹੂਰ ਟਿੱਕੜੀ ਜਿਸ ਨੂੰ ਤੁਸੀਂ ਸਾਰਿਆਂ ਨੇ ਜਾਣਦੀ ਹੋਵੋਗੇ ਜਿਹਦੇ ਵਿੱਚ ਇਹ ਮੁੰਡਾ ਤੇ ਇਸ ਦੇ ਮਾਤਾ ਪਿਤਾ ਤਿੰਨੋਂ ਰਲ ਕੇ ਫਨੀ ਵੀਡੀਓਜ਼ ਬਣਾਉਂਦੇ ਹੁੰਦੇ ਸੀ ਸੋ ਬੀਤੇ ਦਿਨ ਇਸ ਦੇ ਫਾਦਰ ਸਾਹਿਬ ਦੀ ਜਿਹੜੀ ਕਿ ਮੌਤ ਹੋ ਗਈ ਤੇ ਜਿਸ ਤੋਂ ਬਾਅਦ ਇਸ ਮੁੰਡੇ ਨੇ ਇੱਕ ਦੋ ਵੀਡੀਓ ਸਾਂਝੀਆਂ ਕੀਤੀਆਂ ਇੰਸਟਾਗ੍ਰam ਅਕਾਊਂਟ ਦੇ ਉੱਪਰ ਤੇ ਲੋਕਾਂ ਦੁਬਾਰਾ ਇਸ ਨੂੰ ਬਹੁਤ ਜ਼ਿਆਦਾ ਗਲਤ ਬੋਲਿਆ ਗਿਆ ਕਿ ਤੂੰ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਵੀ ਨਹੀਂ ਹਟਦਾ ਪਿਆ ਉਸ ਦੀਆਂ ਵੀਡੀਓਜ਼ ਅਪਲੋਡ ਕਰਨੋਂ ਤੂੰ ਆਪਣੇ ਪਿਤਾ ਦੇ ਸਿਰ ਤੇ ਸਾਰੀਆਂ ਗੱਲਾਂ ਤੋਂ ਬਾਅਦ ਇਸ ਮੁੰਡੇ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਇੱਕ ਵੀਡੀਓ ਸਾਂਝੀ ਕੀਤੀ ਜਿਸ ਦੇ ਵਿੱਚ ਉਸਨੇ ਦੱਸਿਆ ਕਿ ਮੇਰੀ ਇਹ ਮਜਬੂਰੀ ਆ ਗਈ ਮੈਂ ਸੋਸ਼ਲ ਮੀਡੀਆ ਨੂੰ ਛੱਡ ਨਹੀਂ ਸਕਦਾ ਕਿਉਂਕਿ ਮੇਰਾ ਘਰਵਾਰ ਹੈ ਜਿਹੜਾ ਕਿ ਇਸੇ ਸਰ ਤੋਂ ਚੱਲਦਾ ਪਿਆਗਾ ਤੇ ਜਿਸ ਤੋਂ ਬਾਅਦ ਇਸ ਮੁੰਡੇ ਨੇ ਆਪਣੀ ਮਾਤਰਾ ਨਾਲ ਇੱਕ ਫਨੀ ਵੀਡੀਓ ਬਣਾ ਕੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਅਪਲੋਡ ਕੀਤੀ ਤਾਂ ਲੋਕਾਂ ਦੁਆਰਾ ਫਿਰ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ਕਿ ਬਾਪੂ ਵੇਣਾ ਹੁਣ ਵੀਡੀਓਜ਼ ਦੇਖਣ ਦਾ ਸੁਆਦ ਨਹੀਂ ਆਉਂਦਾ ਪਿਆ ਸੋ ਬਾਕੀ ਕੌਣ-ਕੌਣ ਇਸ ਟਿਕੜੀ ਨੂੰ ਪਿਆਰ ਕਰਦਾ ਹੈ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂ ਸਪੋਰਟ ਵੀ ਜਰੂਰ ਕਰਿਓ ਕਿਸੇ ਵੀ ਮੁੰਡੇ ਜਾਂ ਕੁੜੀ ਦਾ ਚੜ੍ਹਦੀ ਜਵਾਨੀ ਦੇ ਵਿੱਚ ਮਾਤਾ ਪਿਤਾ ਦੂਰ ਨਾ ਹੋਵੇ ਕਿਉਂਕਿ ਜਿਨ੍ਹਾਂ ਦੇ ਦੂਰ ਹੋਏ ਨੇ ਉਹਨਾਂ ਨੂੰ ਹੀ ਪੁੱਛ ਕੇ ਦੇਖੋ ਕਿ ਕੀ ਬੀਜਦੀ ਆ ਉਹਨਾਂ ਦੇ ਉੱਪਰ ਤੋਂ ਬਾਕੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ